ਜਿੰਨੇ ਤੁਸੀਂ ਆਏ ਹੋ ਮੈਂ ਤੁਹਾਡੇ ਚ, ਆਪਾਂ ਨੂੰ ਕੋਈ ਸੱਦਾ ਗਿਆ, ਕੋਈ ਚਿੱਠੀ ਪਾਈ ਆ, ਆਪਾਂ ਦਰਦ ਲੈ ਕੇ ਆਏ ਹਾਂ ਤੇ ਆਪਣੀ ਹੋਂਦ ਆਪਣੇ ਵਜੂਦ ਨੂੰ ਬਚਾਉਣ ਲਈ ਆਏ ਹਾਂ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ, ਆਪਣੇ ਭਵਿੱਖ ਨੂੰ ਬਚਾਉਣ ਲਈ ਆਏ ਹਾਂ। ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ, ਇਹ ਗੱਲ ਯਾਦ ਰੱਖਿਓ, ਜਿਹੜਾ ਬੰਦਾ ਅੱਜ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚੈਨਲਾਂ ਦੇ ਉੱਤੇ ਇਸ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ ਹੈ, ਉਹ ਪੰਜਾਬ ਦਾ, ਉਹ ਸਾਡਾ ਸੱਦਾ ਨਹੀਂ ਹੋ ਸਕਦਾ। ਇਸ ਕਰਕੇ ਮੇਰਾ ਵੀ ਤੁਹਾਨੂੰ ਅਪੀਲ ਹੈ ਨੌਜਵਾਨੋ, ਸ਼ਾਂਤੀ ਬਣਾ ਕੇ ਰੱਖਿਓ। ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਟਿੰਗਾਂ ਦੇਈ ਜਾਓ ਜੀ, ਮੀਟਿੰਗ ਤੇ ਮੀਟਿੰਗ ਲਮਕਾਈ ਜਾਓ ਜੀ, ਇਦੂ ਬਾਅਦ ਕਹਿੰਦੇ ਚੋਣ ਜਾਬਤਾ ਲੈ ਕੇ ਜੀ ਵੋਟਾਂ ਆ ਗਈਆਂ। ਜਿਹੜੀ ਮਰਜ਼ੀ ਧਿਰ ਆ ਜਾਏ ਅੱਗੇ, ਮੰਨ ਲਓ 24 ਦੇ ਵਿੱਚ ਚਾਹੇ ਇਹ ਆ ਜਾਣ ਚਾਹੇ ਕੋਈ ਹੋਰ ਧਿਰ ਆ ਜਾਏ, ਸਮਾਂ ਤਾਂ ਇਦੂ ਮਾੜਾ ਹੀ ਆਉਣਾ। ਨਾਲ ਇਹ ਲੜਾਈ ਆ ਜਿਹੜੀ, ਇਹ ਲੜਾਈ ਕੋਈ ਕਿਸਾਨਾਂ ਦੀ ਨਹੀਂ, ਇਕੱਲਿਆਂ ਦੀ, ਇਹ ਮਸਲਾ ਇਕੱਲੀ MSP ਦਾ ਨਹੀਂ ਆ ਜਾਂ ਇਕੱਲੀ ਲਖੀਮਪੁਰ ਖੀਰੀ ਦੀ ਘਟਨਾ ਦਾ ਨਹੀਂ ਹੈ, ਇਹ ਲੜਾਈ ਉਸ ਹਰ ਇਨਸਾਨ ਦੀ ਆ ਜਿਹੜਾ ਇਹ ਦੁਨੀਆ ਤੇ ਪੈਦਾ ਹੋਇਆ ਤੇ ਸਾਹ ਲੈ ਰਿਹਾ। ਤੁਹਾਨੂੰ ਕੀ ਲੱਗਦਾ ਵੀ ਆਪਾਂ ਇਕੱਲੇ ਸੜਕਾਂ ਤੇ ਆ? ਆ ਯੂਰਪ ਦੇਖੋ ਸੜਕਾਂ ਤੇ ਆ, ਉੱਤਰੀ ਅਮਰੀਕਾ ਦੇ ਕਈ ਦੇਸ਼ ਸੜਕਾਂ ਤੇ ਆ, ਕਈ ਅਫਰੀਕਨ ਮੁਲਕ ਸੜਕਾਂ ਤੇ ਆ। ਕਿਉਂ ਸੜਕਾਂ ਤੇ ਆ? ਉਹ ਕਿਉਂਕਿ ਨਿਊ ਵਰਲਡ ਆਰਡਰ ਆਇਆ। ਉਹ ਨਿਊ ਵਰਲਡ ਆਰਡਰ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ, ਕਿਵੇਂ ਪੂਰੀ ਦੁਨੀਆ ਦੇ ਭੋਜਨ ਤੇ ਕਬਜ਼ਾ ਕਰਨਾ, ਕਿਵੇਂ ਪੂਰੀ ਦੁਨੀਆ ਦੇ ਵਸੀਲੇ ਨੇ, ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਹੈ, ਉਹਦੇ ਕਿਵੇਂ ਕਬਜ਼ਾ ਕਰਨਾ, ਇਹ ਉਹ ਨੀਤੀਆਂ ਨੇ। ਆਪਾਂ ਨੂੰ ਕੀ ਲੱਗਦਾ ਵੀ ਮੋਦੀ ਆ ਕਰ ਰਿਹਾ? ਮੋਦੀ ਇੱਕ ਪਿਆਦਾ, ਇੱਕ ਮੋਹਰਾ, ਉਹ ਨਿਊ ਵਰਲਡ ਆਰਡਰ ਵਾਲਿਆਂ ਦਾ, ਉਹ ਉਹਨਾਂ ਵੱਡੇ ਵੱਡੇ ਕਲਪਿਤਾਂ ਦਾ। ਜਿਹੜਾ ਸਾਡਾ ਭਰਾ ਵੀ ਬੈਠਾ ਮਜ਼ਦੂਰ, ਇਹ ਗੱਲ ਕਹਿੰਦਾ ਹੈ ਕਿ ਲੜਾਈ ਇਕੱਲੇ ਕਿਸਾਨ ਦੀ ਆ, ਮਜ਼ਦੂਰ ਦੀ ਨਹੀਂ ਹੈ। ਕੋਈ ਦੁਕਾਨਦਾਰ ਕਹਿੰਦਾ ਹੈ ਕਿ ਲੜਾਈ ਇਕੱਲੇ ਕਿਸਾਨ ਲੜ ਰਹੇ ਆ, ਸਾਡੀ ਲੜਾਈ ਨਹੀਂ ਹੈਗੀ। ਜਦੋਂ ਨਿਊ ਵਰਲਡ ਆਰਡਰ ਨੇ ਆਉਣਾ, ਨੀਤੀਆਂ ਨੇ ਲਾਗੂ ਹੋਣਾ, ਤੁਹਾਡੀ ਕੁੱਲ ਚੀਜ਼ ਤੇ ਕਬਜ਼ਾ ਹੋਇਆ ਲੋਕਾਂ ਦਾ, ਤਾਂ ਕੀ ਇਕੱਲਾ ਕਿਸਾਨ ਪੀੜਿਤ ਹੋਊਗਾ? ਸਾਡੇ ਇਸ ਮੋਰਚੇ ਦੇ ਉੱਤੇ, ਇਸ ਸੰਘਰਸ਼ ਦੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਭਾਈ ਨੇ ਸਾਡੇ ਨਰੇਗਾ ਦੇ ਮਜ਼ਦੂਰ ਨੇ, ਉਹਨਾਂ ਦੀ ਦਿਹਾੜੀ 700 ਰੁਪਇਆ ਕੀਤੀ ਜਾਵੇ। ਇਕੱਲੇ ਕਿਸਾਨ ਦੀ ਗੱਲ ਨਹੀਂ ਹੋ ਰਹੀ, ਇਕੱਲੀ MSP ਦੀ ਗੱਲ ਨਹੀਂ ਹੋ ਰਹੀ। ਅੱਜ ਵੱਡੇ ਵੱਡੇ ਮਾਲ ਖੁੱਲ੍ਹ ਗਏ, ਵੱਡੀਆਂ ਵੱਡੀਆਂ ਦੁਕਾਨਾਂ ਖੁੱਲ੍ਹ ਗਈਆਂ ਵੱਡੇ ਵੱਡੇ ਘਰਾਣਿਆਂ ਦੀਆਂ। ਅੱਜ ਛੋਟਾ ਦੁਕਾਨਦਾਰ ਖਤਮ ਹੋ ਗਿਆ, ਬਾਜ਼ਾਰ ਖਤਮ ਹੋ ਗਏ। ਕੀ ਇਹ ਲੜਾਈ ਉਹਨਾਂ ਦੀ ਨਹੀਂ ਹੈ? ਪਿਛਲੇ ਕਿਸਾਨੀ ਮੋਰਚੇ ਦੌਰਾਨ ਅਸੀਂ ਬਠਿੰਡੇ ਰਿਲਾਇੰਸ ਮਾਰਕੀਟ ਹੈ, ਉਹ ਰੋਕ ਲਈ। ਉਹਦੀ 60 ਲੱਖ ਰੁਪਇਆ ਇੱਕ ਦਿਨ ਦੀ ਸੇਲ ਸੀ। ਬਠਿੰਡੇ ਧੋਬੀ ਬਾਜ਼ਾਰ ਹੈ, ਮੈਂ ਉੱਥੇ ਵਗ ਗਿਆ, ਦੁਕਾਨਦਾਰ ਇਕੱਠੇ ਕੀਤੇ। ਮੈਂ ਕਿਹਾ ਵੀ ਜਿੱਦਾਂ ਦੀ ਰਿਲਾਇੰਸ ਮਾਰਕੀਟ ਬੰਦ ਹੋਈ ਹੈ, ਗਾਹਕ ਵਧਿਆ? ਕਹਿੰਦੇ ਪੂਰਾ ਹੀ ਫਰਕ ਪੈ ਗਿਆ। ਮੈਂ ਤੁਸੀਂ ਆਉਂਦੇ ਕਿਉਂ ਨੀ? ਲੜਾਈ ਤੁਹਾਡੀ ਵੀ ਹੈਗੀ ਹੈ ਇਹ। ਸੋ ਪਰ ਆਪਾਂ ਨੂੰ ਇਹ ਨਖੇੜ ਰਹੇ ਆ, ਦਫਾੜ ਕਰ ਰਹੇ ਆ ਵੀ ਨਹੀਂ ਜੀ, ਇਕੱਲਾ ਪੰਜਾਬ ਲੜ ਰਿਹਾ ਹੈ ਜਾਂ ਹਰਿਆਣਾ ਲੜ ਰਿਹਾ ਹੈ ਜਾਂ ਇਕੱਲੇ ਕਿਸਾਨ ਲੜ ਰਹੇ ਹੈ। ਇੱਥੇ ਹਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ। ਸੋ ਇਸ ਕਰਕੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ, ਗੋਦੀ ਮੀਡੀਆ ਬੜੀਆਂ ਚਾਲਾਂ ਚੱਲ ਰਿਹਾ ਹੈ, ਇਹ ਪੱਥਰਬਾਜ਼ ਇਕੱਠੇ ਹੋਏ ਆ, ਪੱਥਰ ਮਾਰਦੇ ਆ।
ਉਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਮੇਰਾ ਵੀਰ, ਏਕਤਾ ਤੇ ਸਬਰ ਬਣਾ ਕੇ ਰੱਖਿਓ। ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ? ਸਾਡੇ ਕੋਲ ਸਭ ਤੋਂ ਵੱਡੀਆਂ ਉਦਾਹਰਨਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਿਵੇਂ ਜਬਰ ਜਲਮ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਸੋ ਨੌਜਵਾਨੋ, ਮੈਂ ਫਿਰ ਤੁਹਾਡੇ ਕੋਲ ਖਾਸ ਮੇਰੀ ਅਪੀਲ ਹੈ। ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਮੂਹਰੇ ਜਾਂਦੀ ਹੈ ਤੇ ਉਹ ਇੱਕ ਮੁੰਡਾ ਹਰਪਾਲਪੁਰ ਦਾ ਆਪਣੇ ਇੱਥੇ ਨੇੜੇ ਹਰਪਾਲਪੁਰ ਪਿੰਡ ਹੈ, ਉਹਦੀ ਅੱਖ ਚਲੀ ਗਈ, ਉਹਨਾਂ ਨੇ ਗੋਲੀ ਮਾਰੀ, ਉਹ ਰਬੜ ਜਦੀ ਦੀ ਆਮੇ ਤੇ ਲੱਗੀ ਆ। ਉੱਧਰ ਖਲੌੜੀ ਵਾਲੇ ਪਾਸੇ ਲੱਤ ਟੁੱਟੀ ਆ ਨੌਜਵਾਨ ਦੀ, ਕਈਆਂ ਦੇ ਕਿੰਨੇ ਸ਼ਰਲੇ ਬੱਚੇ ਨੇ। ਸੋ ਆਗੂਆਂ ਨੂੰ ਤੁਹਾਡਾ ਵੀ ਇਕੱਲੇ ਇਕੱਲੇ ਦਾ ਫਿਕਰ ਆ ਬਾਈ, ਪਹਿਲੇ ਹੀ ਕਹਿ ਰਹੇ ਤੁਹਾਡੀ ਲੋੜ ਆ ਬਹੁਤ ਵੱਡੀ ਹਲੇ ਪੰਜਾਬ ਨੂੰ, ਪਰ ਰਾਹ ਪੈ ਜਾਣਗੇ ਜੇ ਸੰਘਰਸ਼ਾਂ ਨਾਲ ਵਾਹ ਪੈਂਦਾ ਹੈ ਤਾਂ ਪਤਾ ਲੱਗਦਾ ਵੀ ਸੰਘਰਸ਼ ਲੜੇ ਕਿਵੇਂ ਜਾਂਦੇ ਆ, ਦਿੱਤੇ ਕਿਵੇਂ ਜਾਂਦੇ ਆ। ਸੋ ਨੌਜਵਾਨੋ, ਇਹੀ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਅੱਜ ਆਗੂ ਸਾਹਿਬਾਨ ਨਾਲ ਮੀਟਿੰਗ ਕਰਨੀ ਆ, ਇਹੀ ਕਹਿਣ ਆਏ ਆ ਕਿ ਇਹ ਮੋਰਚਾ ਹਰ ਹਾਲ ਚ ਫਤਿਹ ਹੋਣਾ। ਜੋ ਆਪਾਂ ਦਿੱਲੀ ਬੈਠੇ ਸੀ ਨਾ, ਬਹੁਤ ਮੀਡੀਆ ਮੇਰੇ ਅੱਗੇ ਸਵਾਲ ਕਰਦਾ ਸੀ ਕਿ ਯਾਰ ਇਹ ਕੀ ਬਣੂਗਾ, ਮੈਂ ਕਿਹਾ ਕੁਛ ਨੀ ਬਣਦਾ, ਜਿੱਤ ਕੇ ਜਾਵਾਂਗੇ। ਸੋ ਆਪਾਂ ਜਿੱਤ ਕੇ ਆ। ਇੱਕ ਗੱਲ ਹੋਰ ਮੇਰੀ ਬੇਨਤੀ ਆ, ਆਪਾਂ ਮੇਰਾ ਵੀ ਇਹੋ ਜਿਹਾ ਮਾਹੌਲ ਨਾ ਖੜਾ ਕਰਿਆ ਕਰੀਏ। ਜੇ ਫਲਾਨਾ ਬੰਦਾ ਆਊਗਾ, ਫਲਾਨੇ ਬੰਦੇ ਨੂੰ ਘੇਰਾਂਗੇ, ਫਲਾਨੇ ਨਾਲ ਐਂ ਕਰਾਂਗੇ, ਫਲਾਨੇ ਨਾਲ ਐਂ ਕਰਾਂਗੇ। ਜਿਹੜਾ ਬੰਦਾ ਇੱਥੇ ਆਉਂਦਾ ਪਿਛਲੇ ਬਖਰੇ ਵਿੱਚ ਸ਼ਬਦ ਜੀ ਰੱਖਦੇ ਹੈਗੇ ਆ, ਉਹਨਾਂ ਦਾ ਕੋਈ ਗੱਲ ਨੀ ਬਈ, ਸੰਘਰਸ਼ ਦੇ ਵਿੱਚ ਅਸੀਂ ਆਪਣੇ ਖਿਲਾਫ਼ ਮੋਰਚਾ ਨਹੀਂ ਖੋਲਣਾ। ਸਾਡੀ ਟੱਕਰ ਦਿੱਲੀ ਨਾਲ ਹੈ, ਸਾਡਾ ਰੋਲਾ ਦਿੱਲੀ ਨਾਲ ਹੈ, ਸਾਡਾ ਰੋਲਾ ਆਪਣੇ ਨਾਲ। ਇਸ ਕਰਕੇ ਮੇਰਾ ਵੀਰ ਬੇਨਤੀ ਹੈ, ਸਬਰ ਏਕਤਾ ਸ਼ਾਂਤੀ ਬਣਾ ਕੇ ਰੱਖਿਓ। ਕੋਈ ਗੱਲ ਨੀ, ਤੁਹਾਡੇ ਨਾਲ ਵਾਅਦਾ ਕਰਦੇ ਆ, ਜਿੱਦੋਂ ਅੱਗੇ ਲੱਗਣਾ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਆਗੂਆਂ ਦਾ ਵੀ ਤੋੜਨਾ, ਤੇ ਜੇ ਕੋਈ ਤੁਹਾਡੇ ਦੇ ਜਿੰਨੇ ਕੋਈ ਆਗੂ ਖੜੇ ਮੇਰੇ ਵਰਗੇ ਖੜੇ ਆ, ਜੇ ਪਿੱਛੇ ਤਾਂ ਕਿਉਂ ਪਿੱਛੇ ਖੜੇ ਆ ਜੀ? ਤਾਂ ਕਿਸਾਨ ਮਜ਼ਦੂਰ ਏਕਤਾ। ਸੋ ਧੰਨਵਾਦ ਸਾਰੀ ਸੰਗਤ ਦਾ, ਬਣਾਈ ਰੱਖੋ ਇੱਥੇ ਮਾਹੌਲ ਨੂੰ, ਪਿੱਛੇ ਜਿੰਨੇ ਵੀ ਆਪਣੇ ਪੰਜਾਬ ਚ ਹਲੇ ਬੈਠੇ ਆ, ਸੁਨੇਹੇ ਭੇਜੋ ਵੀ ਭਾਈ ਕੋਈ ਰਹਿ ਨਾ ਜਾਵੇ, ਸਾਰਿਆਂ ਨਾਲ ਤੁਸੀਂ ਇੱਥੇ ਆ ਕੇ। ਹਾਂਜੀ ਬਾਈ, ਬੰਦੀ ਸਿੰਘਾਂ ਦੀ ਗੱਲ ਬਾਈ ਜ਼ਰੂਰ ਹੈ, ਮੈਂ ਤਾਂ ਬਹੁਤ ਚਿਰ ਦਾ ਕਰਦਾ ਆ ਰਿਹਾ। ਇਹ ਲੜਾਈ ਉੱਥੇ ਲਿਆ ਕੇ ਆਪਾਂ ਖੜਾ ਦਿੰਦੇ ਹਾਂ ਕਿ ਲੜਾਈ ਇਕੱਲੇ ਕਿਸਾਨ ਦੀ ਹੋ ਰਹੀ ਹੈ, ਗੱਲ ਇਕੱਲੀ MSP ਦੀ ਜ਼ਮੀਨਾਂ ਬਚਾਉਣ ਦੀ ਹੋ ਰਹੀ ਹੈ। ਉਹ ਜਿਵੇਂ ਹਮਲਾ ਕਰ ਰਹੇ ਨੇ, ਹੁਣ ਤੁਸੀਂ ਦੇਖੋ ਗੱਲ ਅੱਜ ਹੋਰ ਸੁਣ ਲਓ, ਆਪਣੇ ਜਿੰਨੇ ਨੌਜਵਾਨ MSA ਲੱਗੀ ਹੈ ਡਿਬਰੂਗੜ੍ਹ ਬੈਠੇ ਹੈ, ਉਹ ਅੱਜ ਭੁੱਖ ਹੜਤਾਲ ਤੇ ਬਹਿ ਗਏ ਦੁਬਾਰੇ। ਕਿਉਂ ਬਹਿ ਗਏ? ਇੱਕ ਕੋਈ ਸਪਾਈ ਕੈਮਰੇ ਹੁੰਦੇ ਆ ਜੇਲ੍ਹ ਦੇ ਵਿੱਚ, ਜਿੰਨੇ ਬਲਬ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ, ਉਹਨਾਂ ਦੇ ਗੁਸਲਖਾਨਿਆਂ ਦੇ ਵਿੱਚ, ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੇ, ਉਹ ਰਿਕਾਰਡਿੰਗ ਕਰਦੇ ਆ, ਉਹਨਾਂ ਨੂੰ ਪਤਾ ਲੱਗ ਗਿਆ। ਕਹਾਣੀ ਕੀ ਹੋਈ ਧਿਆਨ ਨਾਲ ਸੁਣ ਲਿਓ, ਕਹਿੰਦੇ ਤੁਹਾਡੇ ਬੈਰਕਾਂ ਦੇ ਵਿੱਚ ਟੈਲੀਵਿਜ਼ਨ ਲੱਗੇ ਆ, ਪੱਖੇ ਲੱਗੇ ਆ, ਠੀਕ ਕਰਕੇ ਜਾਣੇ, ਮੂਹਰੇ ਗਰਮੀ ਆਉਂਦੀ ਹੈ। ਇਸ ਬਹਾਨੇ ਬਾਹਰੋਂ ਬੰਦੇ ਆਏ, ਉਹ ਬਲਮਾਂ ਦੇ ਵਿੱਚ ਪੱਖਿਆਂ ਦੇ ਵਿੱਚੋਂ ਕੈਮਰੇ ਲਾ ਗਏ, ਰਿਕਾਰਡਿੰਗਾਂ ਲਾ ਗਏ। ਇੱਕ ਪਾਸੇ ਦਾ ਭਵੰਤ ਕਹਿੰਦਾ ਕਿ ਮੈਂ ਪੰਜਾਬ ਨਾਲ ਹੈ, ਇਹ ਮੁੱਕਰਦੇ ਆ। ਆ ਇੱਥੇ ਇਹਨਾਂ ਦਾ ਜਿਹੜਾ ਇੱਕ ਹਜੋਤ ਬੈਂਸ ਮੰਤਰੀ ਹੈ, ਜਿਹੜੇ ਸਿੰਘ ਨੇ ਘੇਰ ਲਿਆ ਸੀ ਗੁਰੂ ਘਰ,
ਵੀ ਤੁਸੀਂ NSA ਲਾਈ ਆ, ਜਵਾਬ ਦੇ ਕੇ ਜਾਓ। ਹੁਣ ਇਹ ਕਹਿੰਦੇ NSA ਸੈਂਟਰ ਨੇ ਲਾਈ ਹੈ, ਇਹ ਝੂਠ ਬੋਲਦੇ ਆ। NSA ਲੱਗੀ ਆ ਪੰਜਾਬ ਸਰਕਾਰ ਵੱਲੋਂ, NSA ਲਾਈ ਗਈ ਆ DC ਅੰਮ੍ਰਿਤਸਰ ਦੇ ਕਹਿਣ ਤੇ, ਕਿ ਜੋ ਉਹਨਾਂ ਆਪਣੇ ਬੰਦੀ ਸਿੰਘਾਂ ਅੰਦਰ ਬੱਚਿਆਂ ਨਾਲ ਹੋ ਰਿਹਾ ਉਹ ਸਾਰਾ ਇਹਨਾਂ ਦੇ ਕਹਿਣ ਤੇ ਹੋ ਰਿਹਾ। ਪਾਤਰੀ ਆਪਾਂ ਮਸ਼ੀਨਾਂ ਲਗਾਈਆਂ ਸੀ JCB ਖਨੌਰੀ, ਮੈਂ ਅਪੀਲ ਕੀਤੀ ਸੀ ਵੀ ਮਸ਼ੀਨਾਂ ਲੈ ਕੇ ਆਓ ਭਾਈ, ਉਹ ਟੁੱਟਣਾ ਨਹੀਂ। ਆਪਣੇ ਉੱਥੋਂ ਨੌਜਵਾਨ ਮੁੰਡੇ ਮਸ਼ੀਨਾਂ ਲੈ ਕੇ ਆ ਗਏ, ਉਹ ਲਿਆ ਕੇ ਪਾਤਰੀ 500-700 ਪੁਲਿਸ ਮੁਲਾਜ਼ਮਾਂ ਨੇ ਘੇਰ ਕੇ ਮਸ਼ੀਨ ਫੜ ਲਈ, ਧੱਗੇ ਥਾਣੇ 'ਚ ਲੈ ਗਏ। ਇੱਥੋਂ ਗਿਆ ਚੱਲ ਇੱਥੇ ਮੈਂ ਅੱਗੇ, ਇੱਥੇ ਮੈਨੂੰ ਫੋਨ ਆਇਆ, ਮੈਂ ਤੰਬੂ 'ਚ ਬੈਠਾ ਸੀਗਾ, ਆ ਘੁਮਾਉਣ ਦਾ ਤੰਬੂ ਉੱਥੇ 'ਚ। ਇੱਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ, ਚਲੋ ਜੋ ਵੀ ਹੋਇਆ ਮਸ਼ੀਨ ਛੁਡਾ ਲਈ, ਪਰ ਪ੍ਰਸ਼ਾਸਨ ਕੀ ਕਹਿੰਦਾ ਸੀ ਵੀ ਮਸ਼ੀਨ ਛੱਡ ਦੇ, ਗਾਹਾਂ ਨਹੀਂ ਜਾਣ ਦੇਣੀ। ਹੁਣ ਇਹ ਭੰਤ ਫੈਸਲਾ ਕਰ ਲਏ ਵੀ ਪੰਜਾਬ ਨਾਲ ਹੈ, ਦਿੱਲੀ ਨਾਲ ਹੈ। ਇੱਕ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਹੈ, ਮੈਂ ਤੁਹਾਡਾ ਹਰ ਪੱਖੋਂ ਮਦਦ ਕਰੂੰਗਾ, ਪਰ ਦੂਜੇ ਪਾਸੇ ਸਾਡੀਆਂ ਟਰਾਲੀਆਂ ਦੀ ਤਲਾਸ਼ੀ, ਸਾਡੀਆਂ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ, ਸਾਡੀਆਂ ਜਿਹੜਾ ਵੀ ਸਮਾਨ ਪਿੱਛੋਂ ਵੀ ਮੰਗਾਉਂਦੇ ਉਹ ਰੋਕਿਆ ਜਾ ਰਿਹਾ ਹੈ। ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੋਈ ਮੋਦੀ ਕਰ ਰਿਹਾ ਕਿ ਭਗਵੰਤ ਕਰ ਰਿਹਾ, ਜਵਾਬ ਕੌਣ ਦੇਊਗਾ? ਸੋ ਭਰਾਵੋ, ਇੱਥੇ ਤੁਹਾਡਾ ਸੱਚਾ ਕੋਈ ਨਹੀਂ ਹੈ। ਇੱਕ ਭਾਈ ਬਾਬਲ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਹੈ, ਅੰਮ੍ਰਿਤਸਰ ਤੇ ਮੀਟਿੰਗਾਂ BJP ਨਾਲ ਚੱਲੀ ਜਾਂਦੀਆਂ ਵੀ ਗੱਠਜੋੜ ਕਰਨ। ਸੋ ਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਮੇਰਾ ਵੀਰ, ਮੈਂ ਵਾਰ ਵਾਰ ਬੇਨਤੀ ਕਰਦਾ, ਛੇਤੀ ਆਪਾਂ ਬੰਦੇ ਨੂੰ ਪਤਾ ਕੀ ਹੈ ਅਸਮਾਨ ਚੱਕ ਦਿੰਦੇ ਆ, ਜਿੰਦਾਬਾਦ ਜਿੰਦਾਬਾਦ, ਤੇਰੀ ਸੋਚ ਤੇ ਪਰਾ ਦੇਵਾਂਗੇ ਠੋਕ ਕੇ, ਛੇਤੀ ਗਦਾਰ ਦਾ ਫਤਵਾ ਦੇ ਦਿੰਦੇ ਆ ਵੀ ਗਦਾਰ ਇਹਦਾ ਮਾੜਾ, ਵਿਕ ਗਿਆ ਝੁਕ ਗਿਆ। ਐਂ ਨਹੀਂ ਹੁੰਦਾ ਬਾਈ, ਤੁਸੀਂ ਦੇਖਿਆ ਹੀ ਉੱਥੇ ਯਾਰ, ਮੈਂ ਇੱਥੋਂ ਗਿਆ ਚੱਲ ਕੇ, ਉੱਥੇ ਨੌਜਵਾਨ ਉੱਠ ਕੇ ਮੇਰੀ ਗੱਲ ਪੈ ਗਈ, ਮੈਂ ਇਹੀ ਗੱਲ ਕਹੀ ਸੀ, ਮੈਂ ਤੁਸੀਂ ਫੈਸਲਾ ਕਰ ਲਓ। ਤੁਹਾਨੂੰ ਇਹ ਮੀਡੀਆ 'ਚ ਗੱਲ ਆਈ, ਮੈਨੂੰ ਸਵਾਲ ਪੁੱਛਿਆ, ਮੈਂ ਜਵਾਬ ਦੇ ਦਿੰਦਾ ਬਾਈ ਉਹਦਾ। ਮੈਂ ਇੱਥੋਂ ਗਿਆ ਉੱਥੇ, ਮੈਂ ਜਾ ਕੇ ਦੋ ਥਾਈ ਮੋਰਚਾ ਲੱਗਿਆ ਹੋਇਆ ਸੀਗਾ, ਇੱਕ ਨਿਆਲ ਚੌਂਕ ਵੱਜਦਾ ਉੱਥੇ, ਇੱਕ ਪਰਲੇ ਪੈ ਚੌਂਕ। ਚਲੋ ਗੱਡੀ ਗਾਹ ਗਈ ਨਹੀਂ, ਗੱਡੀ ਅਸੀਂ ਰੋਕੀ ਨਿਆਲ ਚੌਂਕ 'ਚ ਉਤਰੇ, ਉਹ ਚੌਂਕ ਤੋਂ ਅਸੀਂ ਗਾਹਾਂ ਅਗਲੇ ਚੌਂਕ 'ਚ ਵੱਜ ਗਏ। ਮੈਂ 10-15 ਮਿੰਟ ਉੱਥੇ ਬੋਲਿਆ, ਫਿਰ DSP ਬੈਠ ਹੈ ਬਲਦੇਵ ਸਿੰਘ ਸਿਰਸਾ ਮੇਰੇ ਨਾਲ ਸੀ, ਉਹਨੂੰ ਫੋਨ ਆਇਆ ਬਲਦੇਵ ਸਿੰਘ ਸਿਰਸੇ ਨੂੰ ਵੀ ਅਸੀਂ ਜੀ ਤੁਹਾਡੀ ਮਸ਼ੀਨ ਛੱਡ ਦਿੰਦੇ ਹਾਂ, ਧੱਗੇ ਥਾਣੇ ਖੜੀ ਹੈ। ਮੈਂ ਸਿਰਸੇ ਨੂੰ ਕਿਹਾ ਮੈਂ ਪੁਲਿਸ ਝੂਠ ਮਾਰਦੀ ਹੈ, ਆਪਾਂ ਧੱਗੇ ਥਾਣੇ 'ਚ ਮਸ਼ੀਨ ਦੇਖ ਕੇ ਆਉਣੀ ਹੈ। ਅਸੀਂ ਬੈਠੇ ਗੱਡੀ 'ਚ ਗਏ ਦੋਨੇ, ਜਦੋਂ ਦੇਖ ਲਿਆ ਵੀ ਲੱਕੇ ਅੱਗੇ ਆ ਗਏ ਪੁਲਿਸ ਵਾਲਾ, ਬਾਹਰ ਖੜਾ ਸੀ ਸੱਚੋ ਥਾਣੇ ਦੇ ਬਾਹਰ 'ਚ, ਹੋਰ ਮੁਲਾਜ਼ਮ ਵੀ ਖੜੇ ਸੀ, ਬਾਰੀ ਖੁੱਲ੍ਹੀ ਸੀ ਦਰਵਾਜ਼ੇ ਦੀ ਗੇਟ ਦੀ, ਬਾਕੀ ਬਾਹਰ ਲੱਗਿਆ ਹੋਇਆ ਸੀ ਥਾਣੇ ਦਾ, ਉਹ ਨਾਲ ਦੀ ਨਾਲ ਅੰਦਰ ਵੜ ਕੇ ਸਪਿੰਦਰ ਕੁੰਡੀ ਲਾ ਗਈ ਬਾਰੀ ਦੀ। ਅਸੀਂ ਗਾਹਾਂ ਗਏ ਬਲਦੇਵ ਸਿੰਘ ਸਰ ਨੇ ਪੁੱਛਿਆ ਵੀ ਭਾਈ ਬਲਦੇਵ ਸਿੰਘ ਸਿਰਸਾ ਮੈਂ ਆਇਆ, ਬਾਹਰ ਖੁੱਲ੍ਹੇ ਗੱਲ ਕਰਨੀ ਹੈ, ਖੋਲੀ ਨਹੀਂ। ਮੈਂ ਸਿਰਸੇ ਨੂੰ ਕਿਹਾ ਵਾ ਸਿਰਸਾ ਸਾਹਿਬ ਇਹ ਨਹੀਂ ਸੁਣਦੇ, ਆਪਾਂ ਚੱਲ ਗਏ ਜਿੱਥੇ ਆਪਣਾ ਮੋਰਚਾ ਲੱਗਿਆ। ਉੱਥੇ ਗਏ ਬਾਈ 5-7 ਜਾਣੇ, ਪਹਿਲੇ ਵੀਡੀਓ ਤਿਆਰ ਕਰੀ ਬੈਠੇ ਸੀ, ਐ ਜਿਵੇਂ ਦੀਪ ਦੇ ਨਹੀਂ ਮਗਰ ਪੈ ਗਏ, ਉਦੋਂ ਦੀਪ ਦੇ ਮਗਰ ਪਏ ਤੇ ਮਗਰ ਵੀਡੀਓ ਬਣਾ ਲਈ, ਭੱਜ ਗਿਆ ਉਹ ਪਹਿਲੇ ਵੀਡੀਓ ਤਿਆਰ, ਤੇ ਮੈਂ ਤਾਕੀ ਖੋਲ ਕੇ ਉਤਰਿਆ। ਮੈਂ ਦੱਸੋ ਯਾਰ, ਮੈਂ ਤੁਹਾਨੂੰ ਇਹੀ ਕਹਿਣਾ ਵੀ ਜੇ ਮਸ਼ੀਨ ਆਪਾਂ ਇੱਥੇ ਮੰਗਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੇ, ਜੇ ਆਪਣੇ ਕੋਲ ਰਾਤ ਨੂੰ ਪੈਣ ਦਾ ਪ੍ਰਬੰਧ ਹੈਗਾ। ਨਹੀਂ ਉਹ ਕਹਿੰਦੇ ਅਸੀਂ ਮਸ਼ੀਨ ਉੱਥੇ ਮਨਜੀਤ ਨਿਆਲ ਪਿੰਡ ਤੋਂ ਕਿਸਾਨ ਜਥੇਬੰਦੀ ਦਾ ਆਗੂ ਹੈ ਉਹਦੇ ਘਰੇ ਅਸੀਂ ਮਸ਼ੀਨ ਪਹੁੰਚਾ ਦਿੰਦੇ ਹਾਂ, ਵੀ ਆਹ ਜਿਹੜਾ ਤੁਹਾਡਾ ਇੱਥੋਂ ਵਾਲਾ ਚੌਂਕ ਹੈ ਖਾਲੀ ਕਰਕੇ ਦੂਜੇ ਚੌਂਕ ਤੇ ਵਗ, ਇੱਥੋਂ ਦੀ ਮਸ਼ੀਨ ਲਗਾਉਣੀ ਹੈ ਅਸੀਂ, ਜੇ ਇੱਥੋਂ ਦੀ ਹੁਣ ਲਗਾਵਾਂਗੇ ਤਾਂ ਫਿਰ ਟ੍ਰੈਂਸ ਖੜਾ ਹੋਊਗਾ। ਹੁਣ ਪਤਾ ਨਹੀਂ, ਮੈਂ ਸਮਝ ਨਹੀਂ ਰਿਹਾ ਵੀ ਕੌਣ ਉਹ ਲੋਕ ਨੇ, ਉਹ ਸਰਕਾਰ ਦੇ ਪਲਾਨ ਕੀਤੇ ਹੋਏ ਲੋਕ ਨੇ, ਜਾਂ ਕਈ ਵਾਰੀ ਉਹੀ ਮਸ਼ਹੂਰੀ ਲੈਣੀ ਹੁੰਦੀ ਹੈ ਵੀ ਫਲਾਣੇ ਬੰਦੇ ਨੂੰ ਘੇਰ ਲਿਆ ਜੀ, ਫਲਾਨਾ ਭਜਾ ਲਿਆ ਜੀ। ਦੀਪ ਦੇ ਮਾਲ ਕਿੰਨਾ ਚਿਰ ਪਏ ਰਹੇ ਉਦੋਂ,
ਇਹ ਪਲਟੀਨਾ ਲੈ ਕੇ ਭੱਜ ਗਿਆ, ਮੋਟਰਸਾਈਕਲ ਲੈ ਕੇ ਭੱਜ ਗਿਆ, ਹੋਇਆ ਕਿ ਨਹੀਂ ਹੋਇਆ? ਸੋ ਮੈਨੂੰ ਵੀ ਐਂ ਲੱਗਿਆ, ਮੈਂ ਯਾਰ ਜੇ ਬੰਦਿਆਂ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਤਾਂ ਬਹਿ ਕੇ ਗੱਲ ਕਰਦੇ ਯਾਰ, ਜਾਂ ਮੈਨੂੰ ਬਾਹਰ ਮੈਨੂੰ ਗੱਡੀ 'ਚ ਨਿਕਲ ਜਾਂਦਾ, ਫਿਰ ਮੇਰੇ ਨਾਲ ਖੜ੍ਹ ਕੇ ਗੱਲ ਕਰ ਲੈਂਦੇ। ਮੈਨੂੰ ਤਾਂ ਗੱਲ ਮੈਂ ਵਿੱਚੀ ਬੈਠਾ, ਪਹਿਲੀ ਵੀਡੀਓ ਸ਼ੁਰੂ ਕਰਦੀ, ਮੈਂ ਕਿਹਾ ਵੀ ਤੂੰ ਸੁਣਿਆ ਹੋਣਾ, ਮੈਂ ਬਾਈ ਵੀਡੀਓ ਨਾ ਬਣਾਓ ਯਾਰ, ਗੱਲ ਤਾਂ ਕਰ ਲਓ, ਗੱਲ ਕੀ। ਸੋ ਬਾਈ ਇਹੋ ਜਿਹੀਆਂ ਗੱਲਾਂ ਤੋਂ ਵੀ ਗੁਰੇਜ਼ ਕਰਿਓ, ਜੇ ਇਹੋ ਜਿਹੇ ਬੰਦੇ ਵੀ ਬਣਦੇ ਆ ਆਪਦੇ ਬੰਦੇ ਦੇ ਖਿਲਾਫ਼ ਨਾ ਮਾਹੌਲ ਖੜਾ ਕਰਿਆ ਕਰੋ, ਲੜਨ ਵਾਲੇ ਤੁਹਾਡੇ ਕੋਲ ਰਹਿ ਕਿੰਨੇ ਕੇ। ਫੌਜ ਦੀ ਵੀ ਸੁਣ ਲਓ ਬਾਈ, ਜਦੋਂ ਮਾਹੌਲ ਇੰਨਾ ਬਣ ਗਿਆ ਨਾ, ਰਾਤ ਨੂੰ ਦਾਰੂ ਪੀਤੀ ਬੰਦਿਆਂ ਦੀ, ਡਾਂਗਾਂ ਚੱਕੀਆਂ ਉਹਨਾਂ ਦੇ ਕੋਲ, 100-150 ਬੰਦਾ ਇੱਕ ਗੱਡੀ ਦੇ ਚੜ੍ਹ ਗਿਆ ਪਿੱਤਾ, ਫਿਰ ਉਹ ਸਿਕਿਉਰਿਟੀ ਨੇ ਫਾਇਰ ਕੀਤੇ, ਜੋ ਉੱਥੇ ਕਹਾਣੀ ਹੋਈ ਆ। ਹਾਂ ਹਾਂ ਮੇਰੇ ਬੰਦੇ ਨੇ ਚਲਾਇਆ, ਮੈਂ ਕਦੋਂ ਕਹਿਣਾ, ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਕੋਈ ਹੋਰ ਆ ਕੇ ਫਾਇਰ ਕਰ ਗਿਆ, ਜਦੋਂ ਸਾਡੇ ਉੱਤੇ ਗੱਡੀਆਂ ਦੀ ਚੜ੍ਹ ਗਏ ਆ ਕੇ ਬੰਦੇ, ਹੁਣ ਇੰਨਾ ਬਾਈ ਹਜੂਮ ਇੱਥੇ ਖੜਾ, ਡਾਂਗਾਂ ਲੈ ਕੇ ਮੇਰੇ ਦਾਲੇ ਹੋ, ਕੀ ਕਰੂੰਗਾ ਬਾਈ, ਬੰਦਾ ਕਰੂ ਕੀ? ਤੇ ਯਾਰ ਮੈਨੂੰ ਦੱਸੋ, ਮੈਂ ਤਾਂ ਚੱਲ ਕੇ ਇੱਥੋਂ ਗਿਆ ਉੱਥੇ 2 ਘੰਟੇ ਕਿੰਨੀ ਵਾਰ, ਇੱਥੇ ਬੈਠੇ ਰਾਤ ਦਾ ਟਾਈਮ ਹੈ, ਮੈਂ ਕਿਹੜਾ ਉੱਥੇ ਆਪਦੀ ਖਾਤਰ, ਮੈਂ ਉਹਨਾਂ ਨੂੰ ਕਹਿੰਦਾ ਸੁਨੇਹਾ ਆਇਆ ਤਾਂ ਗਿਆ ਵੀ ਬਾਈ ਆਹ ਮਸ਼ੀਨ ਘੇਰ ਲਈ, ਮੈਂ ਯਾਰ ਮੈਂ ਆ ਗਿਆ। ਜੇ ਮੈਂ ਕਹਿੰਦਾ ਮੈਂ ਤਾਂ ਬਾਈ ਸੰਭੂ ਬੈਠਾ, ਮੇਰੀ ਗੱਲ ਪੈਂਦੇ ਆ। ਇਸ ਕਰਕੇ ਸਾਰਾ ਮਾਹੌਲ ਇੰਨਾ ਤਣਾਅਪੂਰਨ ਸੀ, ਉਸ ਵੇਲੇ ਰਾਤ ਦਾ ਟਾਈਮ, ਦਾਰੂ ਰੁੱਕ ਦੀ ਪੀਤੀ, ਜਿਹਨੂੰ ਮੈਂ ਸਮਝਾਵਾਂ ਉਹ ਡਰ ਪਵੇ, ਇੱਥੇ ਮਾਝਾ ਜਾਵੇ ਆ, ਉੱਧਰ ਸਾਡੇ ਵਾਲੇ ਜਾਵੇ ਆ, ਤੁਸੀਂ ਹਲੇ ਘੱਟ ਪੀਂਦੇ ਹੋ, ਸਾਡੇ ਵਾਲੇ ਦਾ ਪੰਦਰ ਪਤਾ ਨੀ। ਇਸ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਬਾਈ, ਜਿਹੜਾ ਬੰਦਾ ਇੱਥੇ ਆਉਂਦਾ, ਸਾਡੇ ਬਖਰੇਵੇ ਹੋਣਗੇ, ਕੋਈ ਗੱਲ ਨੀ, ਮਗਰੋਂ ਨੀ ਇੱਥੇ ਜਾਣਗੇ। ਇਹ ਗੱਲ ਮੈਂ ਦਿੱਲੀ, ਤੁਸੀਂ ਦੇਖੋ ਯਾਰ, ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਗਦਾਰ ਲਾ ਲਿਆ ਸੀ, ਵੀ ਲੱਖਾਂ ਦੇ ਦੀਪ ਗਦਾਰ ਆ, ਦੋਨਾਂ ਨੂੰ ਗਦਾਰ ਕਿਹਾ ਗਿਆ, ਮੇਰੇ ਮੂੰਹ ਦੇ ਵਿੱਚੋਂ ਸ਼ਬਦ ਸੁਣਿਆ ਤੁਸੀਂ ਹਾਲ ਤੱਕ, ਮੈਂ ਕਿਸੇ ਆਗੂ ਦੇ ਖਿਲਾਫ਼ ਜਿੱਥੇ ਮੇਰੇ ਖਿਲਾਫ਼ ਬੋਲਿਆ ਹੋਣਾ, ਕਹਿੰਦੇ ਮੈਂ ਇੱਕੋ ਹੀ ਗੱਲ ਜਾਣਦਾ, ਮੇਰੀ ਸੋਚ ਉਸ ਵੇਲੇ ਵੀ ਇਹੀ ਸੀ ਤੇ ਅੱਜ ਵੀ ਇਹੀ ਹੈ, ਉਦੋਂ ਮੈਨੂੰ ਇਹ ਲੱਗਦਾ ਵੀ ਮੈਂ ਜੇ ਪੰਜਾਬ ਹਾਰ ਗਿਆ, ਪੰਜਾਬ ਨੇ ਮੇਰੇ ਦੁੱਖਣਾ, ਅੱਜ ਵੀ ਮੈਂ ਸੋਚਦਾ ਵੀ ਜੇ ਪੰਜਾਬ ਦਾ ਇੱਥੇ ਨੁਕਸਾਨ ਹੋ ਗਿਆ ਨਾ, ਪੰਜਾਬ ਨੇ 5-10 ਸਾਲ ਮੁੜ ਕੇ ਉੱਠਣਾ, ਮਰੋਵਾ ਟੁੱਟਦਾ ਲੋਕਾਂ ਦਾ। ਤਾਂ ਮੈਂ ਸਾਰੀਆਂ ਗੱਲਾਂ, ਕਿਸੇ ਬੰਦੇ ਨੂੰ ਸਟੇਜ ਤੋਂ ਫੜ ਕੇ ਗਦਾਰ ਕਿਹਾ ਗਿਆ ਹੋਵੇ ਤੇ ਬੰਦਾ ਅੰਦਰ ਪੀ ਜਾਏਗਾ ਯਾਰ, ਤੁਸੀਂ ਇੰਨੇ ਖੜੇ ਕਿਸੇ ਨੂੰ ਕਹਿਣ, ਬੰਦਾ ਕਿੰਨਾ ਰਿਐਕਟ ਕਰਦਾ ਅੱਗੇ, ਸਰ ਹਰ ਬੰਦੇ ਨੂੰ ਆਉਂਦਾ ਨਾ। ਪਰ ਮੈਂ ਇੱਕੋ ਕਹਿਣਾ ਕਿ ਇਹ ਲੜਾਈ ਬਾਈ ਪੰਜਾਬ ਦੇ ਸੰਦਰਭ ਵਿੱਚ ਆ, ਸਾਡੀ ਸੱਭਿਅਤਾ ਨੂੰ, ਵਿਰਾਸਤ ਨੂੰ ਬਚਾਉਣ ਦੀ ਲੜਾਈ ਆ, ਤੁਹਾਡੇ ਇਕੱਲੀਆਂ ਜ਼ਮੀਨਾਂ ਤੇ ਨਹੀਂ, ਤੁਹਾਡੀ ਬੋਲੀ ਤੇ, ਤੁਹਾਡੇ ਇਤਿਹਾਸ ਤੇ, ਤੁਹਾਡੇ ਪਾਣੀਆਂ ਤੇ, ਤੁਹਾਡੀ ਕੁੱਲ ਚੀਜ਼ ਤੇ ਹਮਲਾ। ਪੰਜਾਬ ਖਾਲੀ ਹੋਈ ਜਾਂਦਾ, ਭਈਏ ਪੰਜਾਬ ਤੇ ਕਬਜ਼ੇ ਕਰੀ ਜਾਂਦੇ ਆ, ਇਹ ਵੀ ਇੱਕ ਬਹੁਤ ਵੱਡੇ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਆ, ਇਹ ਹਾਲਾਤ ਆਉਣ ਵਾਲੇ ਸਮੇਂ ਹੋਰ ਵੀ ਖਤਰਨਾਕ ਹੋਣੇ ਆ। ਪਰ ਅਸੀਂ ਕੀ ਕਰਦੇ ਆ, ਸਾਡੇ ਲੋਕ ਹੀ ਭਈਆਂ ਨੂੰ ਘਰਾਂ 'ਚ ਬਿਠਾਉਂਦੇ ਆ, ਆਪਣਿਆਂ ਦੇ ਖਿਲਾਫ਼ ਹੁੰਦੇ ਆ, ਆਹ ਮੰਡੀਆਂ ਦੇ ਵਿੱਚ ਭਈਏ ਆਪਣੇ ਬੰਦੇ ਨੂੰ ਕੁੱਟਦੇ ਹੁੰਦੇ ਆ, ਸਾਡੇ ਬੰਦੇ ਫੜ ਕੇ ਤਮਾਸ਼ਾ ਦੇਖਦੇ ਹੁੰਦੇ ਆ, ਐਂ ਜਾਂ ਵੀਡੀਓ ਬਣਾਉਂਦੇ ਹੁੰਦੇ ਆ। ਸਾਰੇ ਇਹ ਜਿਹੜੇ ਆਉਣ ਵਾਲੇ ਹਾਲਾਤ ਆ, ਮੈਂ ਤਾਂ ਸੁਚੇਤ ਕਰ ਰਿਹਾ, ਚੁਕੰਨੇ ਕਰ ਰਿਹਾ, ਬੜੇ ਭਿਆਨਕ ਨੇ ਬਾਈ, ਆਪਣਿਆਂ ਖਿਲਾਫ਼ ਨਾ ਲੜੋ ਯਾਰ, ਨਾ ਲੜੋ, ਲੜਨਾ ਤਾਂ ਦੁਸ਼ਮਣ ਦੇ ਖਿਲਾਫ਼ ਇਕੱਠੇ ਹੋ ਕੇ ਲੜੋ, ਸਾਡੇ ਬਖਰੇ ਨੇ ਉੱਡੇ ਵੱਡੇ ਨਹੀਂ ਹੈ, ਜਿੱਡੇ ਵੱਡੇ ਹਮਲੇ ਨੇ। ਜਿਸ ਕਰਕੇ ਸਾਰੀ ਸੰਗਤ ਦਾ ਧੰਨਵਾਦ ਬਾਈ, ਲੰਗਰ ਦਾ ਪ੍ਰਬੰਧ ਹਾਂ,
ਜਿਹੜੇ ਪਲੇਨ ਪ੍ਰੈਸ਼ਰ ਕੁੱਟਰ ਉਹਨਾਂ ਦੇ ਆਈਡੈਂਟੀ ਕਾਰਡ ਜਾਰੀ ਕਰੇ ਜਾਣ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਆਪਣੇ। ਬਿਲਕੁਲ, ਇਹ ਬੰਦੇ ਆਪਣੇ ਵਾਰਦੇ ਨੇ। ਆਪਾਂ ਦਿੱਲੀ ਵੀ ਦੇਖਿਆ ਵੀ ਬੁੜੀਆਂ ਵੀ ਵਿੱਚ ਹੋ ਜਾਂ ਛੱਡ ਦਿੰਦੇ ਸੀ ਉਦੋਂ, ਬੰਦੇ ਵੀ ਕਿੰਨੇ ਫੜੇ ਉਦੋਂ। ਹੁਣ ਵੀ ਆਪਣੇ ਬੰਦੇ ਵਾਰ ਕੇ ਕੋਈ ਵੀ ਗੜਬੜ ਸ਼ਰਾਬ ਕਰਾਉਣਗੇ। ਕਿਸੇ ਨੂੰ ਮੈਂ ਹੋਰ ਦੱਸਦਾ ਗੱਲ ਜਿਹੜੀ, ਹੋਰ ਸਾਰੇ ਧਿਆਨ ਚ ਰੱਖਿਓ, ਜਿੰਨੇ ਤੁਸੀਂ ਇੱਥੇ ਖੜੇ ਹੋ ਇੱਥੇ ਘੱਟੋ ਘੱਟ ਇੰਨੇ ਥਾਂ ਜਿੰਨੇ ਆਪਾਂ ਖੜੇ ਹਾਂ, ਘੱਟੋ ਘੱਟ 50 ਬੰਦੇ CID ਦੇ ਖੜੇ ਹੋਣੇ। ਦਿੱਲੀ ਮੋਰਚੇ ਦੇ ਵਿੱਚ ਇੱਕ IB ਜਾਂ DSP ਰੈਂਕ ਦਾ ਬੰਦਾ ਉੱਥੇ ਜੋੜੀ ਪਾਸ ਕਰੀ ਗਿਆ ਬੈਠਾ 13 ਮਹੀਨੇ। ਸਾਡੇ ਵਾਲੇ ਜ਼ਿਆਦਾਤਰ ਕਹਿਣ ਯਾਰ ਜੋੜੇ ਮੁਕਤੀ ਪਾਸ ਕਰਦਾ ਇਹਦੇ ਕੋਲੋਂ ਕਰਾਉਂਦੇ, ਇਹ ਸਾਰੀਆਂ ਗੱਲਾਂ ਭੇਤ ਲੈ ਕੇ ਗਾਹ ਦੱਸਦੇ ਤੁਸੀਂ। ਤੁਹਾਡੇ ਕੋਲ ਤੰਬੂ ਚਾ ਕੇ ਵੇਚਣਗੇ, ਟਰਾਲੀ 'ਚ ਵੇਚਣਗੇ, ਲੰਗਰ ਵਰਤਾਉਣਗੇ, ਦਾੜੇ ਵੀ ਨੇ ਮੂੰਹਾਂ 'ਤੇ, ਦਸਤਾਰਾਂ ਵੀ ਨੇ, ਗਾਤਰੇ ਪਾਏ ਹੋਏ ਨੇ, ਲੱਗਦਾ ਬੰਦਾ ਸਾਦਾ, ਜਾਂ ਹਰੀ ਪੱਗ ਬੰਨੀ ਹੈ, ਝੰਡਾ ਕੋਲੇ ਚੱਕਿਆ, ਸਭ ਤੋਂ ਵੱਧ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਬੰਦਾ CID ਦਾ ਹੁੰਦਾ। ਇਹ ਗੱਲਾਂ ਦਾ ਖਿਆਲ ਰੱਖਿਓ। ਜੇ ਦਿੱਲੀ ਮੇਰੇ ਪਰਚੇ ਹੋਏ ਨਾ ਤੇ ਮੇਰੀ ਜ਼ਮਾਨਤ ਹੋਈ ਤੇ ਮੈਂ ਉੱਥੇ ਸਪੈਸ਼ਲ ਦਿੱਲੀ ਮੇਰੀ ਪੇਸ਼ੀ ਪੈਂਦੀ ਸੀ, 20 ਦਿਨ ਬੁਲਾਇਆ ਮੈਨੂੰ ਉਹਨੇ। ਉੱਥੇ ਨਾ ਮੁੰਡੇ ਮੈਨੂੰ ਸਰਫਿੰਗਾਂ ਲਈ ਫਿਰਨ ਪੁਲਿਸ ਵਾਲੇ ਟਰਾਲੀ 'ਚ ਬੈਠੇ, ਸਟੇਜ 'ਤੇ ਬੈਠੇ ਦੀਆਂ, ਉਹ ਮੈਨੂੰ ਦਿਖਾਉਣ ਲੱਗ ਗਏ, ਮੈਂ ਤੁਸੀਂ ਪੁਲਿਸ 'ਚੋਂ? ਕਹਿੰਦੇ ਹਾਂ ਬਾਈ। ਆਈ ਬੈਠੇ ਸਰਫਿੰਗਾਂ ਲੈ ਜਾਂਦੇ। ਗੱਲ ਚੜ੍ਹਦੀ ਕਲਾ ਦੀ ਕਰਨੀ ਹੈ, ਭੈਂਦੀ ਕਲਾ ਦੀ ਗੱਲ ਨਹੀਂ ਕਰਨੀ। ਤੁਹਾਡਾ ਇੱਕ ਇੱਕ ਲਿਆ ਹੋਇਆ ਸਾਰ CID ਨੇ ਉੱਪਰ ਤੱਕ ਦੇਣਾ ਹੁੰਦਾ, ਦੱਸਣਾ ਵੀ ਕੀ ਸੋਚ ਰਿਹਾ, ਮਨੋਬਲ ਟੁੱਟ ਗਿਆ ਕਿ ਚੜ੍ਹਦੀ ਕਲਾ 'ਚ ਹੈ ਜਾਂ ਰਾਜਨੀਤੀ ਕੀ ਆ। ਹੁਣ ਆਪਾਂ ਨੂੰ ਪਤਾ ਨਾ, 10 ਬੰਦੇ ਬੈਠੇ ਹੁੰਦੇ ਆ, ਕੋਈ ਲੰਗਰ ਹਾਲ 'ਚ ਬੈਠੇ ਆ, ਲੰਗਰ ਛੱਕੀ ਜਾਂਦੇ ਆ ਜਾਂ ਲੰਗਰ ਲਾਈ ਜਾਂਦੇ ਆ, ਪਕਾਈ ਜਾਂਦੇ ਆ, ਬਣਾਈ ਜਾਂਦੇ ਆ, ਜਾਂ ਟਰਾਲੀ 'ਚ ਬੈਠੇ ਆ, ਇੱਕ ਬਣਾਉਣਾ ਉਹ ਬੈਠਾ ਹੁੰਦਾ ਵਿੱਚ। ਆਪਾਂ ਸਾਰੇ ਹੀ ਬੋਲੀ ਜਾਂਦੇ ਨੇ, ਐਂ ਕਰ ਲਓ, ਐਂ ਕਰਾਂਗੇ, ਐਂ ਕਰਾਂਗੇ। ਹੁਣ ਮੈਨੂੰ ਤਾਂ ਪਰਖ ਜੀ ਹੋਣ ਲੱਗ ਗਈ ਇਹਨਾਂ ਦੇ ਬੰਦਿਆਂ ਦੀ, ਇਹਨਾਂ ਦੇ ਬੰਦਿਆਂ ਦੀ ਅੱਖੀ ਵੀ ਲੱਗਦੀ ਸੀ, ਗੌਰ ਤੁਸੀਂ ਵੀ ਰੱਖਿਓ। ਸੋ ਗੱਲਾਂ ਮੇਰਾ ਵੀ ਸਾਰੀਆਂ, ਸੁਚੇਤ ਰਹੋ, ਚਕੰਨੇ ਰਹੋ, ਬਹੁਤ ਗੜਬੜਾਹੇ ਕਰਨਗੇ, ਪਰ ਮੈਂ ਅਪੀਲ ਕਰਦਾ ਵਾਰੀ ਵਾਰੀ ਨੌਜਵਾਨੋ, ਤੁਹਾਨੂੰ ਖਾਸ ਅਪੀਲ ਹੈ ਬਾਈ, ਤੁਹਾਡਾ ਮੇਰੇ ਨਾਲ ਬੜਾ ਮੈਂ ਲਗਾ ਨੌਜਵਾਨੀ ਦੇ ਨਾਲ, ਜਦੋਂ ਤੁਸੀਂ ਤੁਹਾਡੇ ਵਿੱਚ ਮੈਂ ਬਹੁਤ ਕੁਝ ਦੇਖਦਾ ਬਾਈ, ਤੁਹਾਡੇ ਵਿੱਚ ਮੈਂ ਆਪਣੇ ਆਪ ਨੂੰ ਵੀ ਦੇਖਦਾ, ਤਾਂ ਮੇਰੀ ਅਪੀਲ ਆ ਮੇਰਾ ਵੀਰ, ਦੇਖਿਓ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਰਿਸਕ ਨਾ ਹੋ ਜੇ, ਮਾਹੌਲ ਨਾ ਹੋ ਜਾ ਬਣਾ ਦੇਵੇ, ਤੇ ਸਾਰੀ ਕੀਤੀ ਕਰਾਈ ਆਪਣੀ ਤੇ ਪੰਜਾਬ ਨੇ ਮੁੜ ਕੇ ਪੈਰਾਂ ਤੇ ਲਿਆ। ਜਾਵਾਂਗੇ ਦਿੱਲੀ, ਹਰ ਹਾਲ ਜਾਵਾਂਗੇ, ਇਹੀ ਗੱਲ ਸਾਡੇ ਆਗੂ ਕਹਿ ਕੇ ਆਏ ਆ। ਇਹ ਮੋਰਚਾ ਫਤਿਹ ਕਰਕੇ ਜਾਵਾਂਗੇ, ਤੇ ਜੋ ਮਰਜ਼ੀ ਹੋ ਜਾਵੇ ਮੋਰਚਾ ਫਤਿਹ ਹੋਊਗਾ। ਜੋ ਆਪਾਂ ਦੋ ਦਿਨ ਜਟਾਰੇ ਲਾਈਏ, ਮਾਹੌਲ ਨੂੰ ਦੁਬਾਰਾ ਵਧੀਆ ਬਣਾਈਏ, ਪਤਾ ਲੱਗੇ ਉਹ ਖੜੇ ਆ ਵੀ ਹਾਂ ਬਈ, ਤੇ ਸਰਕਾਰ ਮਰਦਾਬਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।